ਸਤਿ ਸ਼੍ਰੀ ਅਕਾਲ ਦੋਸਤੋ, ਇੱਥੇ ਮੈਂ ਕ੍ਰਿਸ਼ਨ ਸਿੰਘ ਕਵੀਸ਼ਰ ਨਰਮਾਣਾ, ਮੇਰੇ ਨਾਲ ਹਾਕਮ ਸਿੰਘ ਉੱਭਾ। ਦੋਸਤੋ, ਕੱਲ੍ਹ ਮੈਂ ਬਾਈ ਹਰਪਾਲ ਸਿੰਘ ਨੂੰ ਮਿਲਣ ਵਾਸਤੇ ਉਹਨਾਂ ਦੇ ਪਿੰਡ ਸ਼ਮਲੇ ਗਿਆ। ਵੀਰ ਜੀ ਮੰਜੇ ਉੱਪਰ ਸੁੱਤੇ ਪਏ, ਕਿਸੇ ਨਾਲ ਗੱਲਾਂ ਕਰੀ ਜਾਣ। ਮੈਂ ਉਹਨਾਂ ਨੂੰ ਹਲੂਣ ਕੇ ਜਗਾਇਆ ਅਤੇ ਪੁੱਛਿਆ, ਵੀਰ ਜੀ ਕਿਸਦੇ ਨਾਲ ਗੱਲਾਂ ਕਰ ਰਹੇ ਸੀ? ਉਹਨਾਂ ਨੇ ਆਖਿਆ, ਭਰਾਵਾ ਮੈਂ ਤਾਂ ਪੰਜਾਬ ਨਾਲ ਗੱਲਾਂ ਕਰ ਰਿਹਾ ਸੀ। ਪੰਜਾਬ ਨਾਲ ਉਹਨਾਂ ਦੀ ਜੋ ਗੱਲਬਾਤ ਹੋਈ, ਉਹਨਾਂ ਨੇ ਜੋ ਕੁਝ ਸਾਨੂੰ ਦੱਸਿਆ, ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ। ਸੁਣੋ ਪਿਆਰ ਨਾਲ। ਮੋਰ ਜਾਇਆ ਜਾ ਪਿਆ ਸੀ ਫੁੱਲ ਜੋਗ ਲਾਵਦਾ, ਮੈਂ ਤਾਂ ਸੋਚਿਆ ਕਿ ਪੁੱਛ ਲਵਾਂ ਹਾਲ ਸਾਵਦਾ। ਜਦੋਂ ਪੁੱਛਿਆ ਮੈਂ ਹਾਲ ਫਤਿਹ ਸੀ ਗੁਜ਼ਾਰ ਕੇ, ਹਾਏ ਮੇਰਾ ਰੋਪਿਆ ਪੰਜਾਬ ਭੁੱਬਾ ਮਾਰ ਮਾਰ ਕੇ। ਕਹਿੰਦਾ ਮੁਗਲਾਂ ਦੇ ਨਾਲ ਮੈਂ ਤਾਂ ਬੜਾ ਲੜਿਆ, ਉਹਨੇ ਲਾਸ਼ਾਂ ਨਾਲ ਮੇਰਾ ਸਾਰਾ ਬੇੜਾ ਭਰਿਆ। ਸਾਰੇ ਫੁੱਲ ਵੀ ਨਾ ਵੇਖੇ ਗੰਗਾ ਵਿੱਚ ਤਾਰ ਕੇ, ਹਾਂ ਮੇਰਾ ਰੋਪਿਆ ਪੰਜਾਬ ਭੁੱਬਾ ਮਾਰ ਮਾਰ ਕੇ। ਕੱਢੇ ਮੁਗਲ ਸਿਮਸਾ ਗੋਰੇ ਆ ਕੇ ਬੜ ਗਏ, ਲੈ ਕੇ ਅਸਲਾ ਨਵੀਨ ਇੱਕ ਉੱਤੇ ਚੜ ਗਏ। ਮੁੜ ਬਾੜੇ ਇੰਗਲੈਂਡ ਲੱਖਾਂ ਪੁੱਤ ਵਾਰ ਕੇ, ਹਾਏ ਮੇਰਾ ਰੋਪਿਆ ਪੰਜਾਬ ਭੁੱਬਾ ਮਾਰ ਮਾਰ ਕੇ। ਫਿਰ ਉੱਠਿਆ ਗਵੰਡਾ ਸੀ ਤੂਫਾਨ ਚੰਦਰਾ, ਕੱਢ ਲੈ ਗਿਆ ਸਰੀਰੋਂ ਮੇਰੀ ਜਾਨ ਚੰਦਰਾ। ਨੱਚੀ ਬਾਡਰਾਂ ਤੇ ਫੌਜ ਮੌਤ ਰੂਪ ਤਾਰ ਕੇ, ਹਾਏ ਮੇਰਾ ਰੋਪਿਆ ਪੰਜਾਬ ਭੁੱਬਾ ਮਾਰ ਮਾਰ ਕੇ। ਮੈਂ ਜੇ ਆਉਂਦਾ ਦਿੱਤਾ ਮਾਰ ਸੀ 84 ਦੇ ਬਰੇ, ਜਿਹੜੇ ਦੇ ਗਿਆ ਜ਼ਖਮ ਹਾਲੇ ਤੱਕ ਨੇ ਹਰੇ। ਕਰੀ ਜਾਂਦੇ ਓ ਪਰੇਟ ਪਾਪੀ ਪਾੜ ਪਾੜ ਕੇ, ਹਾਏ ਮੇਰਾ ਰੋਪਿਆ ਪੰਜਾਬ ਭੁੱਬਾ ਮਾਰ ਮਾਰ ਕੇ। ਮੇਰੇ ਪੁੱਤਰ ਤਾਂ ਹੁਣ ਡਾਊਨਰ ਰਹਿ ਗਏ ਬਣ ਕੇ, ਇੱਕ ਦੂਜੇ ਤੇ ਬੰਦੂਕਾਂ ਖੜ ਜਾਂਦੇ ਤਣ ਕੇ। ਚਿੱਟਾ ਹੋ ਗਿਆ ਏ ਖੂਨ ਜ਼ਹਿਰ ਰੂਪ ਧਾਰ ਕੇ, ਮੇਰਾ ਰੋਪਿਆ ਪੰਜਾਬ ਭੁੱਬਾ ਮਾਰ ਮਾਰ ਕੇ। ਬੰਕੇ ਗੱਭਰੂ ਜਵਾਨ ਅੱਜ ਚਿੱਟਾ ਰਿਹਾ ਮਾਰ, ਜਿੰਨਾ ਕੋਲੋਂ ਕਦੇ ਡਰ ਦਾਸੀ ਕਾਬਲ ਕੰਧਾਰ। ਇੰਨੇ ਦੁੱਖ ਹਰਪਾਲ ਰੱਖ ਦਿੰਦੇ ਖਾਰ ਕੇ, ਹਾਂ ਮੇਰਾ ਰੋਪਿਆ ਪੰਜਾਬ ਭੁੱਬਾ ਮਾਰ ਮਾਰ ਕੇ। ਮੇਰਾ ਰੋਪਿਆ ਪੰਜਾਬ।
ਉੱਬਾ ਮਾਰ ਮਾਰ ਕੇ।